ਜਾਓ ਵੀਰੇ ਘਰੇ ਹੀ ਆਸੀ ਸਾਰੇ ਆਣੇ ਵੈਸੇ ਆਉਣਾ ਕਿੰਨੇ ਕੁ ਵਜੇ ਤੱਕ ਅੱਛਾ ਚਲੋ ਠੀਕ ਆ ਵੀਰੇ ਆ ਜਾਓ ਤੁਸੀਂ ਲੈ ਮੈਂ ਮੰਮੀ ਨੂੰ ਤਾਂ ਦੱਸਦਾ ਕਿੱਥੇ ਰੱਖਦੀ ਮੈਂ ਲੱਭਦੀ ਹੁੰਨੀ ਹੈਗੀ ਚੁੰਨੀ ਤਾਂ ਸਮਝ ਨਹੀਂ ਆਉਂਦੀ ਨਾ ਚਿੰਤਾ ਮਾੜਾ ਮੇਰਾ ਮੰਮੀ ਜੀ ਚਲ ਵਧੀਆ ਹੋ ਗਿਆ ਮਹਿੰਦਰ ਤੂੰ ਆ ਗਈ ਆ ਸੂਟ ਨਾਲ ਦੀ ਨਾ ਚੁੰਨੀ ਨਹੀਂ ਲੱਭਦੀ ਲੱਭ ਕੇ ਦੇ ਤਾਂ ਲੈ ਇੱਧਰ ਹੋਵੋ ਮੰਮੀ ਮੈਂ ਦੇਖ ਕੇ ਜੰਮੀ ਆ ਆ ਸਾਹਮਣੇ ਤਾਂ ਪਈ ਆ ਮੰਮੀ ਆ ਲੋ ਫੜੋ ਲੈ ਮੈਨੂੰ ਸਾਹਮਣੇ ਪਈ ਨਹੀਂ ਦਿਸੀ ਤੂੰ ਹੁਣ ਐ ਕਰ ਦਾਲ ਸਬਜ਼ੀ ਬਣਾ ਲੈ ਮਨਪ੍ਰੀਤ ਨੇ ਆਉਣਾ ਮਨਪ੍ਰੀਤ ਨੇ ਵੀ ਆਉਣਾ ਚਲੋ ਇਹ ਤਾਂ ਬਹੁਤ ਵਧੀਆ ਹੋਇਆ ਮਨਪ੍ਰੀਤ ਨੇ ਵੀ ਦਾ ਕੀ ਮਤਲਬ ਹੋਇਆ ਹੋਰ ਵੀ ਕਿਸੇ ਨੇ ਆਉਣਾ ਹਾਂਜੀ ਮੰਮੀ ਮੇਰੇ ਚਾਚੇ ਦੇ ਮੁੰਡੇ ਨੇ ਆਉਣਾ ਉਹਦਾ ਹੁਣੀ ਫੋਨ ਆਇਆ ਸੀ ਉਹੀ ਦੱਸਣ ਆਈ ਸੀ ਤੁਹਾਨੂੰ ਮੈਂ ਚਾਚੇ ਦੇ ਮੁੰਡੇ ਨੇ ਉਹ ਇੰਨੀ ਦੂਰ ਦੀ ਰਿਸ਼ਤੇਦਾਰੀ ਉਹਨੇ ਕੀ ਕਰਨਾ ਮੰਮੀ ਭਰਾ ਉਹ ਮੇਰਾ ਮਿਲਣ ਹੀ ਆਉਣਾ ਅੱਛਾ ਐ ਕਰ ਉਹਨੂੰ ਮਨਾ ਕਰ ਦੇ ਫੋਨ ਕਰਕੇ ਵੀ ਫੇਰ ਕਿਸੇ ਦਿਨ ਆ ਜਾਈ ਮਨਾ ਕਰਦਾ ਪਰ ਕਿਉਂ ਮੰਮੀ ਕਿਉਂਕਿ ਮੈਂ ਤੇ ਮਨਪ੍ਰੀਤ ਨੇ ਜਾਣਾ ਸੀਤੋ ਨੂੰ ਮਿਲ ਕੇ ਆਉਣਾ ਸੀਤੋ ਨੂੰ ਮਿਲਣ ਜਾਣਾ ਮੰਮੀ ਹੁਣੇ ਸੀਤੋ ਕੌਣ ਆ ਹੈਗੀ ਆ ਸੀਤੋ ਦੇਵ ਦੀ ਵੱਡੀ ਮਾਮੀ ਦੀ ਨੌਂ ਦੀ ਭੈਣ ਆ ਉਹ ਤੂੰ ਨਹੀਂ ਜਾਣਦੀ ਇੱਥੇ ਲੋਕਲੇ ਵਿਆਹੀ ਆ ਕੋਈ ਕੰਮ ਸੀ ਮੰਮੀ ਉਹਨਾਂ ਦਾ ਹੀ ਕੋਈ ਵੈਸੇ ਹੀ ਜਾਣਾ ਨਾ ਜੇ ਕੋਈ ਕੰਮ ਆ ਤਾਂ ਹੀ ਜਾਣਾ ਊ ਨਹੀਂ ਜਾ ਸਕਦੇ ਰਿਸ਼ਤੇਦਾਰੀ ਪੈਂਦੀ ਹੈ ਜਾਣਾ ਤਾਂ ਬਣਦਾ ਹੀ ਆ ਤੂੰ ਬੜੀ ਪੁੱਛ ਗਿੱਛ ਕਰਦੀ ਆ ਨਹੀਂ ਨਹੀਂ ਮੰਮੀ ਮੈਂ ਪੁੱਛ ਗਿੱਛ ਥੋੜੀ ਕਰਦੀ ਹਾਂ ਮੈਂ ਤਾਂ ਵੈਸੇ ਹੀ ਪੁੱਛਦੀ ਸੀ ਵੀ ਮੇਰੇ ਭਰਾ ਨੂੰ ਆਉਣ ਤੋਂ ਰੋਕ ਕੇ ਇਹੋ ਜਿਹੀ ਕਿਹੜੀ ਜ਼ਰੂਰੀ ਜਗ੍ਹਾ ਜਿੱਥੇ ਤੁਸੀਂ ਜਾਣਾ ਤੈਨੂੰ ਬੜਾ ਪਤਾ ਰਿਸ਼ਤੇਦਾਰੀਆਂ ਦਾ ਵੀ ਕਿਵੇਂ ਵਰਤੀ ਦਾ ਨੀ ਤੇਰਾ ਭਰਾ ਕਦੇ ਆਵੇ ਨਾ ਜਾਵੇ ਨਾ ਵਰਤੀ ਦਾ ਉੱਥੇ ਹੁੰਦਾ ਜਿੱਥੇ ਕੋਈ ਭੈਣ ਭਾਈ ਆਉਂਦਾ ਜਾਂਦਾ ਹੁੰਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੰਮੀ ਨੀ ਜਿੱਥੇ ਕੋਈ ਪੁੱਛ ਗਿੱਛੇ ਨੀ ਉੱਥੇ ਕੀ ਵਰਤਣਾ ਨਾਲੇ ਐਡੀ ਦੂਰ ਦੀ ਰਿਸ਼ਤੇਦਾਰੀ ਵਿੱਚ ਨੀ ਵਰਤੀ ਦਾ ਹੁੰਦਾ ਰਿਸ਼ਤੇਦਾਰੀ ਮੰਮੀ ਉਹ ਮੇਰੇ ਸਕੇ ਚਾਚੇ ਦਾ ਮੁੰਡਾ ਭਲਾ ਦੂਰ ਦੀ ਰਿਸ਼ਤੇਦਾਰੀ ਕਿਵੇਂ ਹੋ ਗਈ ਕਿਵੇਂ ਪੁੱਛਣ ਲੱਗੀ ਹੋਈ ਆ ਨੀ ਤਾਏ ਚਾਚਿਆਂ ਦੀ ਰਿਸ਼ਤੇਦਾਰੀ ਦੂਰ ਦੀ ਰਿਸ਼ਤੇਦਾਰੀ ਹੁੰਦੀ ਆ ਮੰਮੀ ਜੇ ਤਾਏ ਚਾਚੇ ਦੂਰ ਦੇ ਰਿਸ਼ਤੇਦਾਰ ਹੁੰਦੇ ਨੇ ਫਿਰ ਨੇੜੇ ਕੌਣ ਹੁੰਦਾ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਨੇੜੇ ਦੇ ਰਿਸ਼ਤੇਦਾਰ ਕੌਣ ਹੁੰਦੇ ਨੇ ਉਹ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੁੰਦਾ ਆਪਣੇ ਸਕੇ ਭੈਣ ਭਰਾ ਉਹਨਾਂ ਨਾਲ ਵਰਤੀ ਦਾ ਚੱਲ ਹੁਣ ਮੇਰਾ ਟਾਈਮ ਨਾ ਖਰਾਬ ਕਰ ਜਾ ਕੇ ਆਪਣਾ ਕੰਮ ਕਰ ਕਿਵੇਂ ਸੀ ਆਈ ਡੀ ਕਰਨ ਲੱਗੀ ਹੋਈ ਆ ਭਾਬੀ ਸਤਿ ਸ੍ਰੀ ਅਕਾਲ ਆ ਜਾ ਮਨਪ੍ਰੀਤ ਇੱਧਰ ਆ ਜਾ ਮੈਂ ਤਾਂ ਤੈਨੂੰ ਸਵੇਰ ਦੀ ਉਡੀਕਦੀ ਆ ਮੰਮੀ ਭਾਬੀ ਨੂੰ ਕੀ ਹੋਇਆ ਮੂੰਹ ਫਲਾਇਆ ਹੋਇਆ ਮੈਂ ਇਹਨੇ ਪਿਆਰ ਨਾਲ ਬੁਲਾਇਆ ਬੋਲੀ ਨੀ ਇਹਦਾ ਤਾਂ ਇਹੀ ਹਾਲ ਆ ਜੇ ਇਹਨੂੰ ਕੋਈ ਗੱਲ ਸਮਝਾਓ ਨਾ ਗੱਲ ਸਮਝਣੀ ਨੀ ਮੂੰਹ ਫਲਾ ਕੇ ਬਹਿ ਜਾਂਦੀ ਆ ਘਰ ਚ ਤਾਂ 100 ਗੱਲਾਂ ਹੁੰਦੀਆਂ ਨੇ ਹੁਣ ਇਹਦਾ ਮਤਲਬ ਇਹ ਥੋੜੀ ਨਾ ਜੇ ਕੋਈ ਘਰ ਚ ਆਉਂਦਾ ਤਾਂ ਉਹਨੂੰ ਇਗਨੋਰ ਕਰੋ ਜੇ ਕੋਈ ਬੁਲਾਉਂਦਾ ਉਹਦੀ ਗੱਲ ਦਾ ਜਵਾਬ ਤਾਂ ਦੇਣਾ ਚਾਹੀਦਾ ਇਹ ਤਾਂ ਇਹੀ ਜਿਹੀ ਹੋਈ ਆ ਹੁਣ ਵੀ ਦੇਖ ਲੋ ਕਦੋਂ ਦੀ ਆਈ ਬੈਠੀ ਆ ਭਾਬੀ ਨੇ ਆਪ ਤਾਂ ਕੀ ਆਉਣਾ ਚਾਹ ਪਾਣੀ ਵੀ ਨਹੀਂ ਪੁੱਛਿਆ ਤੂੰ ਰੁਕ ਇਹਨੂੰ ਤਾਂ ਮੈਂ ਕਰਦੀ ਆ ਲੋਟ ਨੀ ਮਿੰਦੋ ਮਿੰਦੋ ਦੇਖ ਲੋ ਮੰਮੀ ਤੁਸੀਂ 2 ਵਾਜਾਂ ਮਾਰੀਆਂ ਨੇ ਆਈ ਆ ਉਹ ਆਉਣਾ ਤਾਂ ਦੂਰ ਆ ਹੁੰਗਾਰਾ ਵੀ ਨਹੀਂ ਭਰਿਆ ਅੱਜ ਕੱਲ ਵੀ ਆਦਾ ਤਾਂ ਸਰਿਆ ਹੀ ਪਿਆ ਦਰਾਣੇ ਜਠਾਣੇ ਚ ਤਾਂ ਅਸੀਂ ਵੀ ਰਹੀ ਆ ਮਜਾਲ ਆ ਇਹੋ ਜਿਹੀ ਕੋਈ ਗੱਲ ਹੋਈ ਹੋਵੇ ਕਦੇ ਉਹ ਇਹਨੂੰ ਤਾਂ ਮਿਲਣ ਵਰਤਣ ਦਾ ਵੀ ਨਹੀਂ ਪਤਾ ਨਾ ਮੈਨੂੰ ਇੱਕ ਗੱਲ ਦੱਸ ਭਲਾ ਇਹ ਮੱਛਰੀ ਕਿਹੜੀ ਗੱਲ ਤੋਂ ਹੋਈ ਆ ਗੱਲ ਕੀ ਹੋਣੀ ਆ ਮੈਂ ਕਿਤੇ ਜਾਣਾ ਹੋਵੇ ਇਹਨੂੰ ਪਹਿਲਾਂ ਤਕਲੀਫ ਹੋ ਜਾਂਦੀ ਆ ਅੱਧੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਅੱਧੀਆਂ ਦੱਸਦੇ ਨਹੀਂ ਮੈਨੂੰ ਕਿਸੇ ਦੇ ਜਾਣ ਦੇ ਨਾ ਕੋਈ ਤਕਲੀਫ ਨਹੀਂ ਹੈਗੀ ਭਾਬੀ ਇਹ ਗੱਲ ਕਰਨ ਦਾ ਕਿਹੜਾ ਤਰੀਕਾ ਵਾ ਤੁਸੀਂ ਮੰਮੀ ਨਾਲ ਔਖੇ ਕਰਦੇ ਹੁੰਦੇ ਹੋ ਔਖੀ ਹੋਵਾਂ ਨਾ ਤਾਂ ਹੋਰ ਕੀ ਕਰਾਂ ਗੱਲ ਹੈਗੀ ਔਖੇ ਹੋਣ ਵਾਲੀ ਆ ਮੰਮੀ ਆਪ ਤਾਂ ਨਾ ਨਾਨੀ ਦੀ ਕੜਾਨੀ ਤੱਕ ਵਰਤਦੇ ਨੇ ਤੇ ਮੇਰੇ ਤੇ ਪਾਬੰਦੀਆਂ ਲਾਉਂਦੇ ਨੇ ਨਾ ਮੰਮੀ ਕਿਹੜੀ ਨਾਨੀ ਦੀ ਕੜਾਨੀ ਤੱਕ ਵਰਤਦੇ ਨੇ ਨਾਲੇ ਕਿਹੜੀਆਂ ਪਾਬੰਦੀਆਂ ਲਾ ਗਏ ਤੁਹਾਡੇ ਤੇ ਮੇਰੇ ਤੇ ਪਾਬੰਦੀਆਂ ਇਹ ਲਾਈਆਂ ਨੇ ਵੀ ਮੈਂ ਆਪਣੇ ਚਾਚੇ ਦੇ ਮੁੰਡੇ ਨੂੰ ਵੀ ਨਹੀਂ ਮਿਲ ਸਕਦੀ ਤੇ ਤੁਸੀਂ ਜਿੱਥੇ ਚੱਲੇ ਹੋ ਉਹ ਕਿੰਨੀ ਕੁ ਨੇੜੇ ਦੀ ਰਿਸ਼ਤੇਦਾਰੀ ਹੈ ਤੁਹਾਡੀ ਨੀ ਤੈਨੂੰ ਦੱਸਿਆ ਤਾਂ ਹੈ ਵੀ ਉਹ ਨੇੜੇ ਦੀ ਰਿਸ਼ਤੇਦਾਰੀ ਆ ਮੂੰਹ ਮਿਲਾ ਦਾ ਤਾਂ ਰੱਖਣਾ ਹੀ ਪੈਂਦਾ ਜਦ ਆਉਂਦੇ ਜਾਂਦੇ ਨੇ
मम्मी कौन आवा जांदा ਉਹ 5 ਸਾਲ ਤਾਂ ਮੇਰੇ ਵਿਆਹ ਨੂੰ ਵੀ ਹੋ ਗਏ ਮੈਂ ਤਾਂ ਕਦੇ ਕਿਸੇ ਨੂੰ ਦੇਖਿਆ ਨਹੀਂ ਵੀ ਆਪਣੇ ਘਰੇ ਕਦੇ ਕੋਈ ਆਇਆ ਨਾਲੇ ਉਹ ਨੇੜੇ ਦੀ ਰਿਸ਼ਤੇਦਾਰੀ ਨਹੀਂ ਦੂਰ ਦੀ ਰਿਸ਼ਤੇਦਾਰੀ ਚੋਂ ਗਾਹਾਂ ਚੋਂ ਕੋਈ ਹੋਰ ਹੀ ਨੇ ਮੰਮੀ ਮੇਰੀ ਇੰਨੀ ਨੇੜੇ ਦੀ ਰਿਸ਼ਤੇਦਾਰੀ ਨੂੰ ਤੁਸੀਂ ਦੂਰ ਦੀ ਵੀ ਦੱਸਦੇ ਹੋ ਜੇ ਮੇਰੇ ਚਾਚੇ ਦਾ ਮੁੰਡਾ ਦੂਰ ਦਾ ਰਿਸ਼ਤੇਦਾਰ ਆ ਫਿਰ ਤਾਂ ਜਿੱਥੇ ਤੁਸੀਂ ਚੱਲੇ ਹੋ ਉਸ ਹਾਲ ਨਾਲ ਤਾਂ ਉੱਥੇ ਜਾਣ ਦੀ ਕੋਈ ਤੁੱਕ ਹੀ ਨਹੀਂ ਬਣਦੀ ਕਹਿਣਾ ਨਹੀਂ ਸੀ ਮੰਮੀ ਮੈਂ ਪਰ ਤੁਹਾਡੀਆਂ ਗੱਲਾਂ ਕਰਕੇ ਮੈਨੂੰ ਕਹਿਣਾ ਪੈ ਰਿਹਾ जे मेरा भरा नहीं ना इस घर दे विच आ सारा तां जा तुसी भी नहीं सकदे मम्मी मैनूं लगदा ना तुसी भुल गए हुण ही मैनूं कह के हटे सी वी नेड़े दे रिश्तेदार ना खून दे रिश्तेदार ही हुंदे ने ते सके भाई भैण ही हुंदे ने जे मैं उहनां नाल वरतूंगी ना तां तुसी भी अपने सके भाई भैण नाल ही वरतोंगे होर किसे नाल नहीं ऐ तां भाभी तुसी कल मम्मी नूं भी कह दोगे वी मेरे नाल भी नहीं वरतना नहीं नहीं तैनूं कदे कहूंगी तेरे नाल तां साडी खून दी रिश्तेदारी पैंदी आ अपने रिश्तेदार कोई दूर दी ते नेड़े दी रिश्तेदार नहीं हुंदी रिश्तेदार तां रिश्तेदार ही हुंदे ने ठीक है मम्मी मैं हुण ही फोन करके बुलाउणी आ मनप्रीत सत श्री अकाल भेजी आप हड बीती हुई कहने की मेरी सस रा कोई भी रिश्तेदार आंदा ता सस खिड़े मथे घर कदे कोई डिश बना कदे कुछ लिया के दे कदे कुछ बहुत वधिया उन्हां दा वेलकम करदे ने पर जो कोई नूं दा रिश्तेदार आ जांदा तां मत्थे वट पा लैणा पहला तां कमरे दे विचों बाहर ही नहीं आना जे आ जाना तां उत्थे त्योड़ी पा के बैठे रहना क्यों क्योंकि जिहड़ी उन्हां दी सस आ उह इह समझदी आ कि नूं दे जिहड़े रिश्तेदार ने ना इह घर दे विच आउण ही ना जिन्ने मर्जी उह नेड़े दे ने उन्हां नूं दूर दी बना के रखना ते हमेशा जे उहदी नूं कह दे मम्मी अज उन्हां ने आउणा रहण दे तूं जवाब दे दे क्यों रिश्तेदार तां रिश्तेदार ही हुंदे ने चाहे वह नूह के रिश्तेदार ने चाहे वह सस के रिश्तेदार ने ते नेड़े ते दूर ये अपनी सोच है क्योंकि सब तो पहला रिश्तेदार रिश्तेदार ही होंदा सो रिश्तेदारी की कदर करो नूह की रिश्तेदारी है ना उहदी वैल्यू करो सो जिहड़ियां ससां इदां दा कुछ करदियां ने प्लीज ना करिया करो रल के रहो रिश्तेदार सांझे ने ते उहनां दे सांझां की कदर करो जे तुहानूं साडी वीडियो वधिया लगी आ ते इहनूं वध तों वध शेयर करो साडे पेज नूं लाइक करो ते चैनल नूं सबस्क्राइब करियो सत श्री अकाल जी एक्शन मम्मी कौन आउंदा जांदा ओह 5 साल तां मेरे ब्याह नूं भी हो गए मैं तां कदे देख्या नहीं उहनां विचों कदे कोई आया 1 2 3 एक्शन मम्मी कौन आउंदा जांदा 1 मिनट दोबारा एक्शन मम्मी मेरे तां तुसीं इन्नी नेड़े दी रिश्तेदारी नूं भी ना दूर दी दसदे हो ओह जे मेरे चाचा चलो 1 2 3 एक्शन 1 2 3 एक्शन